सिंह वालों सत श्री अकाल नमस्कार ते आदाब। दोस्तों जिवें मैं तुहानूं दस्या सीगा असी एक श्रृंखला शुरू की हुई है महान शख्सियतां जो पंजाब दीआं पंजाबी नाल तलक रखदीआं पंजाबीयत दी आवाज़ नूं बुलंद करन वालीआं जिहड़ीआं हन भावें उह अमेरिका कनेडा चाहे भारत दे विच पंजाब दे विच बैठीआं होण चाहे पाकिस्तान दे विच लहिंदे पंजाब दे विच बैठीआं होण उहनां दे नाल असी रस्ता कायम करदे हां ते उहनां दी जिंदगी बारे असी पुछांगे ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਪੰਜਾਬੀਆਂ ਦੀ ਪੀੜ੍ਹੀ ਆ ਉਹਨਾਂ ਨੂੰ ਕੁਛ ਮਾਰਗ ਦਰਸ਼ਨ ਕਰ ਸਕੀਏ ਉਹਨਾਂ ਦਾ ਕਿਸੇ ਤਰੀਕੇ ਨਾਲ ਵੀ ਉਹਨਾਂ ਦੀ ਰਹਿਨੁਮਾਈ ਕਰ ਸਕੀਏ। ਸੋ ਅੱਜ ਮੈਂ ਫਰੀਦਕੋਟ ਦੇ ਵਿੱਚ ਆਇਆ ਸੀ ਇੱਥੇ ਮੈਨੂੰ ਪਤਾ ਲੱਗਿਆ ਕਿ ਪ੍ਰੋਫੈਸਰ ਸੁਖਦੇਵ ਦਸਾਂਝ ਜੀ ਇੱਥੇ ਰਹਿੰਦੇ ਨੇ ਤਾਂ ਮੈਨੂੰ ਮੌਕਾ ਮਿਲਿਆ ਕਿ ਉਹਨਾਂ ਦੇ ਘਰ ਮੈਂ ਜਾਵਾਂ ਅਤੇ ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਸਾਹਿਬ ਥੋੜ੍ਹਾ ਜਿਹਾ ਟਾਈਮ ਲੈ ਰਹੇ ਸੀਗੇ ਮੈਂ ਫਿਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਹਜੂਰ ਕੌਰ ਦੇ ਨਾਲ ਥੋੜ੍ਹਾ ਜਿਹਾ ਗੱਲਾਂ ਬਾਤਾਂ ਕਰਨ ਦੇ ਲਈ ਉਹਨਾਂ ਨੂੰ ਬੁਲਾਇਆ ਤਾਂ ਮੈਂ ਉਹਨਾਂ ਦੇ ਘਰ ਦੇ ਵਿੱਚ ਹੀ ਬੈਠਾ। ਸੋ ਆਪਾਂ ਸ਼ੁਰੂ ਕਰੀਏ ਅਤੇ ਉਹਨਾਂ ਨੂੰ ਪਤਾ ਕਰਦੇ ਹਾਂ ਕਿ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਘਰ ਨੂੰ ਬੰਨਿਆ ਹੋਇਆ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਦੀ ਜ਼ਿੰਦਗੀ ਸਵਾਰੀ ਹੋਈ ਹੈ, ਕਿਸ ਤਰੀਕੇ ਦੇ ਨਾਲ ਉਹ ਆਪਣੀ ਜਿਹੜੀ ਕੰਮ ਧੰਦੇ ਦੀ ਜਿਹੜੀ ਜਿਹੜੀ ਬਣੀ ਹੋਈ ਡੇਲੀ ਜਿਹੜੀ ਆਪਣਾ ਰੁਝਾਨ ਹੈਗਾ ਰੋਜ਼ਾਨਾ ਰੁਝਾਨ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਵਿਚਰ ਰਹੇ ਨੇ ਤੇ ਆਓ ਆਪਾਂ ਗੱਲ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਮੈਂ ਅੱਜ ਮਿਲਣ ਆਇਆ ਸੀਗਾ ਆਪਣਾ ਸੁਖਦੇਵ ਦਸਾਂਝ ਜੀ ਨੂੰ ਤੇ ਉਹ ਕਾਫੀ ਵਧੀਆ ਸ਼ਖਸੀਅਤ ਨੇ, ਉਹਨਾਂ ਨੇ ਕਾਫੀ ਹੱਦ ਤੱਕ ਜਿਹੜੇ ਟੀਚਰ ਹੈ ਜਿਹੜੇ ਉਹ ਬਣਾਏ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਮੈਨੂੰ ਇਹ ਪਤਾ ਲੱਗਿਆ। ਤਾਂ ਇਸ ਤੋਂ ਪਹਿਲਾਂ ਕਿ ਉਹ ਆਉਣ ਮੈਂ ਤੁਹਾਡੇ ਨਾਲ ਵੀ ਥੋੜ੍ਹੀ ਬਹੁਤੀ ਗੱਲ ਕਰਨਾ ਚਾਹੁੰਦਾ ਸੀ ਤਾਂ ਤੁਸੀਂ ਦੱਸੋ ਕਿ ਤੁਹਾਡਾ ਆਪਣੀ ਜ਼ਿੰਦਗੀ ਦੇ ਵਿੱਚ ਕੀ ਰੁਝਾਨ ਰਿਹਾ, ਤੁਸੀਂ ਕੀ ਕੀਤਾ ਅਤੇ ਕੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਰਿਟਾਇਰਮੈਂਟ ਲੈ ਲਈ ਹੈਗੀ ਹੈ ਅਤੇ ਪਰ ਤੁਸੀਂ ਕੀ ਕਰਦੇ ਰਹੇ ਹੋ ਜ਼ਿੰਦਗੀ 'ਚ, ਤੁਹਾਡਾ ਮੁੱਖ ਕਿੱਤਾ ਕੀ ਰਿਹਾ? ਅੱਛਾ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਮੈਂ ਲਾਈਫ ਦੇ ਵਿੱਚ ਸਭ ਤੋਂ ਪਹਿਲਾਂ ਪੇਂਡੂ ਮਾਹੌਲ ਦੇ ਵਿੱਚ ਦਸਵੀਂ ਪਾਸ ਕੀਤੀ। ਹਾਂਜੀ ਹਾਂਜੀ। ਦਸਵੀਂ ਤੋਂ ਬਾਅਦ ਫਿਰ ਥੋੜਾ ਜਿਹਾ ਉੱਚੀ ਬੋਲੋਗੇ ਜੀ, ਫਰੀਦਕੋਟ ਦੇ ਵਿੱਚ ਕਿਹੜੇ ਸਕੂਲ ਦੇ ਵਿੱਚ ਤੁਸੀਂ ਕੀਤੀ ਦਸਵੀਂ ਪਾਸ? ਗਵਰਨਮੈਂਟ ਪ੍ਰਾਇਮਰੀ ਮਿਡਲ ਸਕੂਲ। ਹਾਂਜੀ, ਪੱਖੀ ਕਲਾਂ। ਜੀ ਜੀ ਜੀ, ਪੱਖੀ ਕਲਾਂ ਫਰੀਦਕੋਟ ਦੇ ਨੇੜੇ ਹੀ ਆ ਜੀ, ਹਨਾ? ਫਰੀਦਕੋਟ ਡਿਸਟ੍ਰਿਕਟ ਵਿੱਚ ਪੈਂਦਾ। ਹਾਂਜੀ। ਉਸ ਤੋਂ ਬਾਅਦ ਫਿਰ ਮੈਂ ਨੌਵੀਂ ਦਸਵੀਂ ਗਿੱਦੜਵਾਹਾ ਫਿਰੋਜ਼ਪੁਰ ਡਿਸਟ੍ਰਿਕਟ ਵਿੱਚ ਦਸਵੀਂ ਤੇ ਨੌਵੀਂ ਕੀਤੀ। ਜੀ ਜੀ। ਉਸ ਤੋਂ ਬਾਅਦ ਫਰੀਦਕੋਟ ਹੋਸਟਲ 'ਚ ਰਹਿ ਕੇ 2 ਸਾਲ ਪਾਰਟ 2 ਚੌਂਹਠ JBT ਕੀਤੀ। JBT ਕਰਨ ਤੋਂ ਬਾਅਦ 65 ਤੋਂ ਲੈ ਕੇ ਸਾਲ 2000 ਤੱਕ ਮੈਂ ਐਜ਼ ਏ ਟੀਚਰ ਕੰਮ ਕੀਤਾ। ਇਸ ਤਰੀਕੇ ਨਾਲ ਤਾਂ ਮੈਡਮ ਤੁਹਾਨੂੰ ਰਿਟਾਇਰਮੈਂਟ ਹੋਇਆ ਨੂੰ ਲਗਭਗ 22 ਸਾਲ ਹੋ ਗਏ। ਪੰਜਾਬੀਅਤ ਦੇ ਨਾਲ ਕੀ ਤਲਕ ਰਿਹਾ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਤੁਸੀਂ ਵੀ ਜਿਹੜੀਆਂ ਪੰਜਾਬੀ ਰਸਮ ਰਿਵਾਜ਼ਾਂ ਜਿਹੜੀਆਂ ਹੈਗੀਆਂ ਜਿਹੜੇ ਆਪਣਾ ਵਿਆਹ ਦੀਆਂ ਰਸਮਾਂ ਹੈਗਾ ਉਸ ਦੇ ਵਿੱਚ ਤੁਹਾਨੂੰ ਕਾਫੀ ਮੁਹਾਰਤ ਹਾਸਲ ਹੈ। ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ, ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਕਿ ਮੈਡਮ ਜਦੋਂ ਨਹਾਈ ਧੋਈ ਹੁੰਦੀ ਹੈ ਉਦੋਂ ਕਿਸ ਤਰੀਕੇ ਦੇ ਨਾਲ ਉਹ ਗੀਤ ਗਾਇਆ ਜਾਂਦਾ, ਕੋਈ ਤੁਹਾਨੂੰ ਜੇ ਕੁਛ ਤੁਹਾਨੂੰ ਯਾਦ ਹੋਵੇ ਇਸ ਵਕਤ ਤਾਂ ਤੁਸੀਂ ਦੱਸ ਸਕਦੇ ਹੋ? ਹਾਂਜੀ ਹਾਂਜੀ, ਠੀਕ ਆ। ਪੇਂਡੂ ਮਾਹੌਲ ਵਿੱਚ ਰਹੇ, ਪੇਂਡੂ ਮਾਹੌਲ 'ਚ ਪਲੇ ਤੇ ਲੋਕ ਗੀਤਾਂ ਨਾਲ ਗਿੰਦਿਆਂ ਨਾਲ ਜਿਹੜੇ ਆ ਵਾਰ ਰਿਹਾ ਜੀ। ਬਾਕੀ JBT 'ਚ ਵੀ ਸਾਡਾ ਗਿੱਧਾ ਫਸਟ ਆਇਆ, ਮੈਂ ਗਿੱਧੇ ਦੀ ਕੈਪਟਨ ਸੀ। ਵਾਹ ਜੀ ਵਾਹ, ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਜੀ, ਮੈਂ ਜਾਣਨਾ ਚਾਹੁੰਦਾ ਇਸ ਬਾਰੇ। ਤੇ ਸੰਗਰੂਰ ਤੋਂ ਫਸਟ ਆਇਆ, ਫਿਰ ਪਟਿਆਲਿਓਂ ਫਸਟ ਆਇਆ। ਵਾਹ ਜੀ। ਤੇ ਨਹਾਈ ਧੋਈ ਦੇ, ਠੀਕ ਆ, ਬੇਟੇ ਬੇਟੀ ਦੀ ਜਦੋਂ ਸ਼ਾਦੀ ਹੁੰਦੀ ਹੈ ਬਰਾਤ ਚੜ੍ਹਨ ਤੋਂ ਪਹਿਲਾਂ ਜੀ ਨਹਾਈ ਧੋਈ ਕਰਦੇ ਆ ਜੀ, ਵਟਨਾ ਬਣਾਉਂਦੇ ਆ, ਬੇਸਣ ਵਿੱਚ ਹਲਦੀ ਪਾ ਕੇ ਜੀ, ਸਰੋਂ ਦਾ ਤੇਲ ਪਾ ਕੇ ਉਹਦਾ ਵਟਨਾ ਬਣਾਇਆ ਜਾਂਦਾ। ਹਾਂਜੀ ਹਾਂਜੀ। ਤੇ ਉਹ ਫਿਰ ਬੱਚੇ ਨੂੰ ਚੌਂਕੀ ਤੇ ਬਿਠਾ ਕੇ ਜੋਤ ਲਾ ਕੇ ਰੱਖ ਕੇ ਤੇ ਉਹ ਬੱਚੇ ਦੇ ਜਿਹੜੇ
ਚਾਚੀਆਂ ਮਾਮੀਆਂ ਤਾਈਆਂ ਸਾਰੀਆਂ ਹੁੰਦੀਆਂ ਉਹ ਬੱਚੇ ਦੇ ਸ਼ਗਨ ਕਰਦੀਆਂ ਬਟਨਾ ਹੁੰਦੀਆਂ। ਮੈਡਮ ਬਹੁਤ ਵਧੀਆ। ਮੈਡਮ ਮੈਂ ਨਾ ਕਿਸੇ ਟਾਈਮ ਤੁਹਾਡੇ ਨਾਲ ਨਾ ਕੱਲਿਆਂ ਨਾਲ ਤੁਹਾਡੇ ਇਸ ਜਿਹੜੀਆਂ ਵਿਆਹ ਦੀਆਂ ਰਸਮ ਰਿਵਾਜਾਂ ਨਾ ਜੀ, ਤੇ ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ 20-25 ਮਿੰਟ ਦਾ ਪ੍ਰੋਗਰਾਮ ਤੁਹਾਡੇ ਨਾਲ ਕਰਨਾ ਚਾਹੂੰਗਾ ਜੇ ਤੁਸੀਂ ਵਕਤ ਦਿਓਗੇ ਤਾਂ। ਸ਼ੋਰ ਜੀ ਸ਼ੋਰ। ਹਾਂਜੀ, ਤਾਂ ਇੱਕ ਗੱਲ ਹੋਰ ਮੈਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਆਪਦੀ ਕੋਈ ਆਟੋਬਾਇਓਗ੍ਰਾਫੀ ਲਿਖਣ ਬਾਰੇ ਮੈਨੂੰ ਪ੍ਰੋਫੈਸਰ ਸਾਹਿਬ ਨੇ ਦੱਸਿਆ ਸੀ, ਕੁਛ ਕੋਸ਼ਿਸ਼ ਕਰ ਰਹੇ ਹੋ। ਹਾਂਜੀ, ਮੈਂ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਜੋ ਜੋ ਵੀ ਕੰਮ ਕੀਤੇ, ਅਸੀਂ ਤਿੰਨੇ ਭੈਣਾਂ ਹੀ ਸੀਗੀਆਂ, ਭਾਈ ਹੈ ਨਹੀਂ ਸੀ ਕੋਈ। ਪੇਰੈਂਟਸ ਖੇਤੀ ਕਰਦੇ ਸੀ, ਉਹਨਾਂ ਨਾਲ ਖੇਤੀ ਦਾ ਕੰਮ ਵੀ ਕਰਾਇਆ, ਹੋਰ ਵੀ ਘਰ ਦੇ ਜਿਹੜੇ ਪਸ਼ੂ ਡੰਗਰ ਰੱਖਦੇ ਸੀ ਸਾਰੇ ਕੰਮ ਕੀਤੇ, ਅਤੇ ਲੋਕਲ ਸਕੂਲ 'ਚ ਪੜ੍ਹਨ ਜਾਂਦੇ ਸੀ। ਬਾਕੀ ਜਿਹੜਾ ਵੀ ਹੋਇਆ ਸਾਰਾ ਕੁਛ ਉਹ ਮੈਂ ਆਪਦੀ ਲਾਈਫ ਦਾ ਜਿਹੜਾ ਲਿਖਣਾ ਸ਼ੁਰੂ ਕਰ ਰਹੀ ਹਾਂ। ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰਦੇਸ਼ ਟਾਈਮਸ ਟੀਵੀ ਤੇ, ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ, ਪ੍ਰੋਫੈਸਰ ਸਾਹਿਬ ਆਪਦੀ ਜ਼ਿੰਦਗੀ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਕਿੱਥੇ ਪੈਦਾ ਹੋਏ, ਕਿੱਥੇ ਤੁਸੀਂ ਆਪਣੀ ਜਿਹੜੀ ਪੜ੍ਹਾਈ ਕੀਤੀ, ਅਤੇ ਉਸ ਤੋਂ ਬਾਅਦ ਸੰਖੇਪ ਦੇ ਵਿੱਚ ਦੱਸੋ ਕਿ ਕਿੱਥੇ ਤੁਸੀਂ ਆਪਣੀਆਂ ਜਿਹੜੀਆਂ ਪੈੜਾਂ ਪਾਉਂਦੇ ਗਏ ਅਤੇ ਅਧਿਆਪਕਾਂ ਨੂੰ ਪੜ੍ਹਾਉਂਦੇ ਗਏ। ਦੇਖੋ ਜੀ, ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਅੱਜ ਸਾਡੇ ਵਿਹੜੇ ਆਏ ਹੋ। ਹਾਂਜੀ, ਤਾਂ ਮੈਂ ਮੇਰਾ ਜਨਮ ਡਿਸਟ੍ਰਿਕਟ ਫਿਰੋਜ਼ਪੁਰ ਦੇ ਪਿੰਡ ਮੁਦਗੀ ਵਿਖੇ ਹੋਇਆ। ਮੁਦਗੀ ਤਾਂ ਜੀ ਇੱਕ ਇਤਿਹਾਸਕ ਪਿੰਡ ਹੈ। ਹਾਂ ਯੈਸ, ਇਤਿਹਾਸਕ ਪਿੰਡ ਹੈ ਜੀ। ਹਾਂਜੀ, ਤਾਂ ਸਾਡੇ ਫਾਦਰ ਮਦਰ ਉੱਥੋਂ ਦੇ ਮੋਢੀ ਅਧਿਆਪਕਾਂ ਵਿੱਚ ਸੀ। ਜੀ ਜੀ, ਉਹਨਾਂ ਨੇ ਸਾਰੀ ਉਮਰ ਇਹ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਉਹਨਾਂ ਨੇ ਆਪਣੇ ਸਿਰ ਤੇ ਚੱਕਿਆ ਹੋਇਆ ਸੀ। ਤੁਸੀਂ ਆਪਣੇ ਫਾਦਰ ਸਾਹਿਬ ਦਾ ਨਾਂ ਦੱਸੋਗੇ? ਹਾਂ, ਉਹਨਾਂ ਦਾ ਨਾਂ ਸੀ ਸਰਦਾਰ ਹਰਜੰਤ ਸਿੰਘ। ਹਾਂਜੀ, ਹਰਜੰਤ ਸਿੰਘ, ਸਰਦਾਰ ਹਰਜੰਤ ਸਿੰਘ। ਹਾਂ, ਤੇ ਮੇਰੀ ਮਾਤਾ ਦਾ ਨਾਂ ਸੀ ਸ਼੍ਰੀਮਤੀ ਗੁਰਨਾਮ ਕੌਰ। ਹਾਂਜੀ ਹਾਂਜੀ। ਸੋ ਉੱਥੋਂ ਗੁੜਤੀ ਮਿਲੀ ਹੈ, ਮੈਂ ਦਸਵੀਂ ਉਸਦੇ ਹਾਈ ਸਕੂਲ 'ਚ ਕੀਤੀ ਜੀ। ਤਾਂ ਫਿਰ ਸਾਡੇ ਪੇਰੈਂਟਸ ਨੇ ਮੈਨੂੰ ਪੜ੍ਹਨ ਵਾਸਤੇ ਰਾਮਗੜ੍ਹੀਆ ਕਾਲਜ ਫਰਵਾੜਾ ਭੇਜ ਦਿੱਤਾ ਗਿਆ। ਫਿਰ ਬੜੀ ਮਿਹਰਬਾਨੀ ਕੀਤੀ ਹੈ ਸਾਡੇ ਪੇਰੈਂਟਸ ਨੇ, ਸਾਡੇ ਤੇ ਬੜਾ ਬਿਲਕੁਲ ਆਸਾਨ ਬਣਦਾ ਸੀ। ਹਾਂਜੀ ਹਾਂਜੀ, ਬਿਲਕੁਲ ਜੀ, ਸਨਮਾਨ ਹੋਣਾ ਚਾਹੀਦਾ ਜੀ। ਉਹਨਾਂ ਨੇ ਮੈਨੂੰ ਫਰਦਰ ਪੜ੍ਹਾਈ ਵਾਸਤੇ ਪ੍ਰੇਰਿਤ ਕੀਤਾ। ਮੈਂ ਚੰਡੀਗੜ੍ਹ 65 ਵਿੱਚ ਮੈਂ ਚੰਡੀਗੜ੍ਹ ਆਰਟਸ ਕਾਲਜ ਵਿੱਚ ਦਾਖਲ ਹੋ ਗਿਆ 1965 ਵਿੱਚ। 1965 ਤੋਂ 1970 ਤੱਕ ਮੈਂ ਉੱਥੇ ਅਧਿਆਪਕ ਲੱਗਾ ਜੀ। ਫਿਰ 72 ਵਿੱਚ ਮੈਂ ਐਜ਼ ਏ ਲੈਕਚਰਰ ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ ਇੰਸਟੀਚਿਊਟ ਨਾਭਾ, ਕਿਉਂਕਿ ਉਦੋਂ ਗਵਰਨਮੈਂਟ ਦਾ ਇੱਕੋ ਹੀ ਇੰਸਟੀਚਿਊਟ ਹੁੰਦਾ ਸੀ, ਤਾਂ ਮੈਨੂੰ ਉੱਥੇ ਮੇਰੀ ਨਿਯੁਕਤੀ ਹੋ ਗਈ। ਤਾਂ ਮੈਂ 20-22 ਸਾਲ ਉੱਥੇ ਮੈਂ ਟੀਚਰ, 20-22 ਸਾਲ ਦੀ ਸਰਵਿਸ। ਵੈਸਾ ਫਿਰ ਤਾਂ ਤੁਸੀਂ ਬੜੇ ਜ਼ਿਆਦਾ ਅਧਿਆਪਕ ਬਣਾਏ ਹੋਣਗੇ ਉੱਥੇ, ਤੁਸੀਂ ਹਜ਼ਾਰਾਂ ਦੀ ਗਿਣਤੀ ਚ। ਵਾਹ, ਤਾਂ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ। ਉਦੋਂ ਇੱਕੋ ਹੀ ਇੰਸਟੀਚਿਊਟ ਸੀ ਇਹ, ਹਰਿਆਣਾ, ਹਿਮਾਚਲ ਤੇ ਪੰਜਾਬ। ਤੁਸੀਂ ਬਾਹਰ ਵੀ ਜਾ ਕੇ ਪੰਜਾਬੀਆਂ ਨਾਲ ਮਿਲੇ, ਕੋਈ ਹੋਰ ਗੱਲਬਾਤ? ਇਸ ਤੋਂ ਪਹਿਲਾਂ ਕਿ ਮੈਂ ਕੋਈ ਇਹੋ ਜਿਹਾ ਕੁਐਸਚਨ ਪੁੱਛਾਂ, ਬਾਹਰ ਤੁਹਾਡਾ ਕਿਸ ਤਰ੍ਹਾਂ ਰਿਹਾ ਪ੍ਰੋਫੈਸਰ? ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਤੁਸੀਂ ਪ੍ਰਿੰਸੀਪਲ ਰਿਟਾਇਰ ਹੋਏ। ਪ੍ਰਿੰਸੀਪਲ ਜੀ, ਜਦ ਮੈਂ ਬਾਹਰ ਆਪਣਾ ਘੁੰਮ ਕੇ
हाँ जी सारे हालात देख के हाँ जी अपना अध्ययन करके हाँ जी चंगे चंगे चित्रकारां नूं मिलके वाह जी तां मैं जब वापस आया फिर थी एक टीचर ट्रेनिंग इंस्टीट्यूट सी नांबे जी फरीदकोट विच तां उन्होंने फिर मैनू एज ए प्रिंसीपल इत्थे नियुक्त कर लिया वाह जी तां मैं 3 साल इत्थे फिर एज ए प्रिंसीपल फाउंडर प्रिंसीपल उस इंस्टीट्यूशन दा प्रिंसिपल रिटायर होने नूं किन्ने साल हो गए नकाब पोश हवा वाह जी ये इधर बीच कुछ कवितावां ने जी गजल मैं लिखता गजल नुमा कवितावां ने जी अपने ख्याल में इस वेस जाहिर किए ने अच्छा एक किताब एडमिंटन दे मैपल लीफ राइटर्स फाउंडेशन में हाँ जी हाँ जी अपने वालों छापी है वाह जी वाह शिरकत करते रहे जी होर भी शहर जाके मुशायरे किए हाँ जी हाँ सो बड़े अच्छे अच्छे लायक बुद्धिजीवी सी जिन्हां नाल मेरा उत्थे संपर्क रहा ठीक है मिस्टर कालिया मिस्टर दर्शन सिंह खैरा हाँ जी लाड पिंडर ਤੇ ਇਸ ਤਰ੍ਹਾਂ ਦੇ ਬੁੱਧੀਜੀਵੀ ਸੀ ਉੱਥੇ ਠੀਕ ਹੈ ਜੀ ਸਾਡੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਵਧਾਂ ਮੈਡਮ ਤੁਹਾਡਾ ਜਿਹੜਾ ਇਹ ਕਿਤਾਬ ਲਿਖਣ ਦਾ ਜਿਹੜਾ ਕਿਤੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਤਾਂ ਨਹੀਂ ਤੁਸੀਂ ਲਿਖ ਰਹੇ ਹਾਂਜੀ ਇਹਨਾਂ ਤੋਂ ਪ੍ਰੇਰਿਤ ਹੋ ਕੇ ਵੀ ਹੈ ਪਰ ਮੇਰੀ ਖਾਹਿਸ਼ ਹੈ ਕਿ ਮੈਂ ਆਪਦੀ ਲਾਈਫ 'ਚ ਜੋ ਜੋ ਕੀਤਾ ਹਾਂਜੀ ਤੇ ਉਸ ਬਾਰੇ ਮੈਂ ਇੱਕ ਬੁੱਕ ਲਿਖਾਂ ਇਹ ਬਹੁਤ ਵਧੀਆ ਗੱਲ ਹੈ ਮੈਡਮ ਤੁਸੀਂ ਕੀਤਾ ਕੁਦਰਤੀ ਤੌਰ ਤੇ ਆ ਕਿ ਜਦੋਂ ਤੁਸੀਂ ਆਪਦੀ ਬਾਇਓਗ੍ਰਾਫੀ ਲਿਖੋਗੇ ਉਹਦੇ ਵਿੱਚ ਤੁਹਾਡੇ ਬੱਚਿਆਂ ਦਾ ਤੁਹਾਡੇ ਪਤੀ ਦਾ ਜਾਂ ਤੁਹਾਡੇ ਹੋਰ ਜਿਹੜੇ ਅਧਿਆਪਕ ਤੁਹਾਡੀ ਜ਼ਿੰਦਗੀ 'ਚ ਆਏ ਜਾਂ ਹੋਰ ਕੋਈ ਵੀ ਮਹਾਨ ਸ਼ਖਸੀਅਤਾਂ ਆਈਆਂ ਉਹਨਾਂ ਦਾ ਵੀ ਜ਼ਿਕਰ ਹੋਊਗਾ ਹਾਂਜੀ ਤੇ ਪ੍ਰੋਫੈਸਰ ਤੁਸੀਂ ਜਦੋਂ ਇੱਥੋਂ ਫਿਰ ਉੱਥੋਂ ਫਿਰ ਇੱਥੇ ਫਰੀਦਕੋਟ ਆ ਗਏ ਪ੍ਰਿੰਸੀਪਲ ਰਿਟਾਇਰ ਹੋ ਗਏ ਅੱਜ ਕੱਲ੍ਹ ਤੁਸੀਂ ਕਿਸ ਕਿਸ ਸੰਸਥਾ ਦੇ ਨਾਲ ਜੁੜੇ ਹੋ ਅੱਜ ਕੱਲ੍ਹ ਪਹਿਲੀ ਗੱਲ ਤਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਇੱਥੇ ਜੀ ਮੈਂ ਕੋਸ਼ਿਸ਼ ਕੀਤੀ ਹੈ ਕਿ ਅੰਦਾਜ਼ਨ ਹਰ ਇੱਕ ਸੰਸਥਾਵਾਂ ਦੇ ਨਾਲ ਮੈਂ ਸੰਪਰਕ ਰੱਖਾਂ ਜੀ ਮੇਰਾ ਹੋਰ ਕੋਈ ਕੰਮ ਨਹੀਂ ਉਸ ਤੋਂ ਇਲਾਵਾ ਲਿਖਣਾ ਤੇ ਪੜ੍ਹਨਾ ਤੇ ਸਮਾਜ ਦੀ ਸੇਵਾ ਕਰਨਾ ਵਾਹ ਜੀ ਵਾਹ ਇਹ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੁੰਦਾ ਜੀ ਹਾਂਜੀ ਹਾਂ ਤੇ ਹੋਰ ਤੁਹਾਡੇ ਤੁਸੀਂ ਕਿਸੇ ਦੇ ਬਾਰੇ ਜਿਸ ਤੋਂ ਤੁਹਾਨੂੰ ਇਹ ਲਿਖਣ ਦੀ ਪ੍ਰੇਰਨਾ ਮਿਲੀ ਕੋਈ ਕਿਸੇ ਦਾ ਨਾਮ ਲੈਣਾ ਚਾਹੋਗੇ ਕਿ ਉਸ ਕਿਸ ਤੋਂ ਤੁਸੀਂ ਤੁਹਾਨੂੰ ਇਹ ਦਿਮਾਗ 'ਚ ਆਇਆ ਕਿ ਮੈਂ ਵੀ ਕੁਛ ਲਿਖਾਂ ਇੱਥੇ ਸਾਡੇ ਸ਼ਹਿਰ ਦੇ ਵਿੱਚ ਇੱਕ ਬੜੇ ਮੰਨੇ ਪ੍ਰਮੰਨੇ ਸਾਹਿਤਕਾਰ ਨੇ ਹਾਂਜੀ ਬ੍ਰਹਮ ਜਗਦੀਸ਼ ਸਿੰਘ ਹਾਂਜੀ ਬ੍ਰਹਮ ਜਗਦੀਸ਼ ਸਿੰਘ ਬੜੀ ਮਹਾਨ ਸ਼ਖਸੀਅਤ ਹੈ ਜੀ ਉਹਨਾਂ ਦੇ ਵੀ ਮਿਲਣ ਦਾ ਜੇ ਅਵਸਰ ਮਿਲਿਆ ਮੈਂ ਜਾਊਂਗਾ ਤੇ ਉਹ ਸਾਡੇ ਸਾਥੀ ਰਹੇ ਨੇ ਅਸੀਂ ਇਕੱਠੇ ਮਹਿਫਲਾਂ 'ਚ ਇੱਥੇ ਜਾਂਦੇ ਰਹੇ ਹਾਂ ਜੀ ਤਾਂ ਪ੍ਰੋਫੈਸਰ ਸਾਧੂ ਸਿੰਘ ਐਕਸ ਐਮ ਪੀ ਨੇ ਆਦਮੀ ਦੀ ਸ਼ਖਸੀਅਤ ਦੇ ਵਿੱਚ ਜਾਂ ਆਦਮੀ ਦੇ ਕਿਸੇ ਵੀ ਸਫਲਤਾ ਦੇ ਵਿੱਚ ਕਹਿੰਦੇ ਹਨ ਕਿ ਇੱਕ ਔਰਤ ਦਾ ਹੱਥ ਹੁੰਦਾ ਤੁਸੀਂ ਤੁਹਾਡਾ ਬਹੁਤ ਵਧੀਆ ਪਤੀ ਪਤਨੀ ਦਾ ਰਿਲੇਸ਼ਨ ਰਿਹਾ ਤੁਹਾਡਾ ਬੜਾ ਸੰਬੰਧ ਰਿਹਾ ਤੁਸੀਂ ਕੁਛ ਕਹਿਣਾ ਚਾਹੋਗੇ ਕਿ ਇਹਨਾਂ ਦੇ ਲੇਖਕ ਬਣਨ ਦੇ ਵਿੱਚ ਸਾਹਿਤਕਾਰ ਬਣਨ ਦੇ ਵਿੱਚ ਤੁਹਾਡਾ ਕੋਈ ਯੋਗਦਾਨ ਰਿਹਾ ਠੀਕ ਹੈ ਜੀ ਜਦੋਂ ਪਹਿਲਾਂ ਇਹ ਬਾਹਰ
ਐਡਮਿੰਟਨ ਚ ਸੀਗੇ ਜੀ, ਕੰਮ ਤੇ ਜਾਂਦੇ ਸੀ ਜੀ, ਤੇ ਉੱਥੇ ਕੰਮ ਤੇ ਬਹਿ ਕੇ ਇਹਨਾਂ ਨੇ ਜਿਹੜੀ ਗਜ਼ਲ ਤਿਆਰ ਕਰਨੀ ਰਾਫੇ ਇਹਨਾਂ ਨੇ ਲਿਖੀ ਜਾਣੀ, ਫਿਰ ਇਹਨਾਂ ਨੇ ਘਰੇ ਆ ਕੇ ਮੇਰੇ ਨਾਲ ਸਲਾਹ ਕਰਨੀ, ਫੇਰ ਕਰਨੀ ਅਸੀਂ ਦੋਨਾਂ ਨੇ ਰਾਇ ਕਰਕੇ ਉਹਨੂੰ ਜਿਹੜਾ ਫਾਈਨ ਕਰਨਾ, ਫਾਈਨਲ ਕਰਨਾ, ਫਿਰ ਇਹ ਸਾਰੀਆਂ ਮਟੀਰੀਅਲ ਇਕੱਠਾ ਕਰਕੇ ਫਿਰ ਇੱਕ ਬੁੱਕ ਦਾ ਰੂਪ, ਇੱਕ ਬੁੱਕ ਦਾ। ਵਾਹ ਜੀ ਵਾਹ, ਵਾਹ ਜੀ। ਇਹਦਾ ਮਤਲਬ ਇਸ ਬੁੱਕ ਦੇ ਲਿਖਣ ਦੇ ਵਿੱਚ ਕਾਫੀ ਮਿਹਨਤ ਹੋਈ ਲੱਗ ਰਹੀ ਹੈ। ਬਹੁਤ ਮਿਹਨਤ ਹੋਈ। ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਬਹੁਤ ਮਿਹਨਤ ਕੀਤੀ, ਠੀਕ ਹੈ ਜੀ। ਰਾਇ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਇਹ ਪ੍ਰੋਗਰਾਮ ਪ੍ਰਦੇਸ਼ ਟਾਈਮਸ ਟੀਵੀ ਵੱਲੋਂ ਤੁਹਾਡਾ ਜਿਹੜਾ ਇਹ ਛੋਟਾ ਜਿਹਾ ਮੈਂ ਰਿਕਾਰਡਿੰਗ ਕੀਤੀ ਹੈ, ਇਸ ਨੂੰ ਮੈਂ ਖਤਮ ਕਰਾਂ, ਤੁਸੀਂ ਕੁਛ ਸਾਡੀ ਨਵੀਂ ਪੀੜ੍ਹੀ ਨੂੰ ਕੋਈ ਸੰਦੇਸ਼ਾ ਦੇਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਗੁਜ਼ਰ ਰਹੇ ਆ, ਕਿਸ ਤਰ੍ਹਾਂ ਦੇ ਉਹਨਾਂ ਨੂੰ ਚੈਲੰਜਸ ਆ ਰਹੇ ਆ, ਉਸ ਦੇ ਵਿੱਚੋਂ ਨਿਕਲਦੇ ਹੋਏ ਉਹ ਕਿਸ ਤਰੀਕੇ ਦੇ ਨਾਲ ਮਤਲਬ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਜਿਹੜੇ ਵੀ ਬੱਚੇ ਹਾਂਜੀ ਆਪਣੇ ਮਾਂ ਪਿਓ ਨੂੰ ਛੱਡ ਕੇ ਬਾਹਰ ਜਾ ਰਹੇ ਜੀ, ਉਹਨਾਂ ਤੇ ਮੈਨੂੰ ਕੁਛ ਖੁਸ਼ੀ ਵੀ ਹੈ ਤੇ ਕੁਛ ਰੰਜਿਸ਼ ਵੀ ਹੈ। ਬਿਲਕੁਲ ਜੀ, ਤੁਸੀਂ ਖੁੱਲ ਕੇ ਦੱਸੋ। ਹਾਂ ਸਰ, ਐਕਚੁਅਲੀ ਮਾਂ ਬਾਪ ਦੇ ਕੋਲ ਬੱਚੇ ਦਾ ਹੋਣਾ ਬਹੁਤ ਜ਼ਰੂਰੀ, ਬਹੁਤ ਜ਼ਰੂਰੀ, ਠੀਕ ਹੈ। ਬੱਚੇ ਕਹਿੰਦੇ ਸਾਡਾ ਫਿਊਚਰ ਹੈ, ਹਾਂਜੀ, ਮਾਂ ਪਿਓ ਕਹਿੰਦੇ ਨੇ ਕਿ ਸਾਡਾ ਬੁਢਾਪਾ ਹੈ ਜੀ, ਇਹ ਦੋਨੋਂ ਦੀ ਜਿਹੜੀ ਕਸ਼ਮਕਸ਼ ਹੈ ਹਾਂਜੀ, ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਹੈਗੇ ਆ ਡਰਾਬੈਕ ਇਹ ਨਿਕਲਦੇ ਉਪਜਦੇ ਨੇ ਜੀ। ਸੋ ਇਸ ਦਾ ਕੋਈ ਹੱਲ ਬਹੁਤ ਅੱਛੇ ਢੰਗ ਨਾਲ ਸਾਡੀਆਂ ਸਰਕਾਰਾਂ ਸਾਡੇ ਲੋਕਾਂ ਨੂੰ ਸੋਚ ਕੇ ਇਸ ਕੋ ਸਮਝ ਕੇ ਇਹ ਸਟੈਪ ਲੈਣੇ ਚਾਹੀਦੇ। ਇਹ ਬਹੁਤ ਬਹੁਤ ਹੀ ਵਧੀਆ ਮੈਸੇਜ ਹੈ ਦੋਸਤੋ, ਸਾਡੀ ਨਵੀਂ ਪੀੜ੍ਹੀ ਨੂੰ, ਸਾਡੇ ਪੇਰੈਂਟਸ ਨੂੰ ਜਿਹੜੇ ਬੱਚਿਆਂ ਨੂੰ ਭੇਜ ਰਹੇ ਨੇ, ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਤੁਸੀਂ ਬੱਚਿਆਂ ਨੂੰ ਬਾਹਰ ਪੜ੍ਹਾਈ ਕਰਨ ਦੀ ਸੋਚੋ, ਪੜ੍ਹਾਈ ਕਰਾਉਣ ਬਾਰੇ ਸੋਚੋ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਬੱਚਿਆਂ ਦਾ ਫਿਊਚਰ ਬਣਦਾ, ਲੇਕਿਨ ਆਪਾਂ ਉਸ ਫਿਊਚਰ ਦੇ ਆਧਾਰ ਦੇ ਉੱਤੇ ਮਾਂ ਪਿਓ ਨੂੰ ਰੁੜਦੇ ਨਹੀਂ ਅਸੀਂ ਦੇਖ ਸਕਦੇ, ਪਰਿਵਾਰ ਟੁੱਟਦੇ ਨਹੀਂ ਅਸੀਂ ਦੇਖ ਸਕਦੇ। ਉਹ ਪਰਿਵਾਰਾਂ ਨੂੰ ਬੱਝੇ ਰੱਖਣ ਦੇ ਲਈ ਪੜ੍ਹਾਈ ਜਿੱਥੇ ਮਰਜ਼ੀ ਕਰੋ, ਜਿੱਥੇ ਮਰਜ਼ੀ ਤੁਸੀਂ ਜੋ ਕੁਛ ਮਰਜ਼ੀ ਬਣੋ, ਮਹਾਨ ਸ਼ਖਸੀਅਤਾਂ ਬਣੋ, ਪਰ ਆਪਣੇ ਪਰਿਵਾਰ ਨੂੰ ਟੁੱਟਣ ਤੋਂ ਬਚਾਓ। ਰਾਇ ਸਾਹਿਬ, ਇੱਕ ਹੋਰ ਤੁਹਾਨੂੰ ਬੇਨਤੀ ਹੈ ਜੀ, ਤੁਸੀਂ ਇਸ ਕਵਿਤਾ ਦੇ ਵਿੱਚੋਂ ਜੇ ਕੋਈ ਕੁਛ ਲਾਈਨਾਂ, ਜਿਹਦੇ ਵਿੱਚ ਦੋ ਚਾਰ ਲਾਈਨਾਂ ਤੁਸੀਂ ਜੇ ਬੋਲਣਾ ਚਾਹੋਗੇ ਤਾਂ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹੋਊਂਗਾ। ਹਾਂਜੀ, ਮੈਂ ਇੱਕ ਛੋਟੀ ਜਿਹੀ ਗਜ਼ਲ ਦੇ ਕੁਛ ਹੈਗੇ ਨੇ ਹਾਂਜੀ ਹਾਂਜੀ ਲਾਈਨਾਂ ਜੀ ਜ਼ਰੂਰ। ਮੈਂ ਪਹਿਲੀ ਗਜ਼ਲ ਹੀ ਮੇਰੀ ਇਹ ਸੀ ਕਿ ਪੂਰਬ ਦੀ ਜੋ ਹੈ ਹਵਾ ਹਾਂਜੀ, ਕਿਉਂ ਪੱਛਮ ਦੀ ਸੇਕੀਏ, ਪੂਰਬ ਦੀ ਜੋ ਹਵਾ ਕਿਉਂ ਪੱਛਮ ਦੀ ਸੇਕੀਏ, ਕਿਉਂ ਪੱਛਮ ਦੀ ਸੇਕੀਏ, ਵਾਜੀ ਬਾਲ ਕੇ ਆਪਣਾ ਸਿਵਾ ਹਾਂਜੀ ਖੁਦ ਆਪ ਸੇਕੀਏ। ਓ ਬੱਲੇ ਬੱਲੇ, ਵਾਜੀ ਵਾਜੀ, ਕੀ ਬਾਤ ਹੈ। ਫਿਰ ਸਾਹਿਬ ਇੱਕ ਹੋਰ ਸੁਣਾਓ ਜੀ। ਉੱਠੇ ਕੋਈ ਐਸੀ ਲਹਿਰ ਹਵਾਵਾਂ ਚੀਰਦੀ, ਉੱਠੇ ਕੋਈ ਐਸੀ ਲਹਿਰ ਹਵਾਵਾਂ ਚੀਰਦੀ, ਸਾਹਿਲ ਤੇ ਰੁੱਖ ਅੜੀਕ ਦੇ ਜੀ ਭਰ ਕੇ ਦੇਖੀਏ। ਵਾਹ ਵਾਹ, ਬਹੁਤ ਹੀ ਅੱਛੇ, ਬਹੁਤ ਹੀ ਬੜਾ ਡੂੰਘੇ ਲਿਖੇ ਲੱਗਦੇ ਜੀ ਤੁਹਾਡੇ। ਸਭ ਇਹਦੇ ਚੋਂ ਇੱਕ ਹੋਰ ਕੋਈ ਵਧੀਆ ਸ਼ੇਰ ਦੋ ਲਾਈਨਾਂ ਦਾ। ਹਾਂਜੀ, ਉਹ ਸੀਗਾ ਕਿ ਖੁਸ਼ੀਆਂ ਲੈ ਗਮ ਵੇਚਦੀ, ਖੁਸ਼ੀਆਂ ਲੈ ਗਮ ਵੇਚਦੀ ਕੈਸੀ ਇਹ ਹਵਾ, ਖੁਸ਼ੀਆਂ ਲੈ ਗਮ ਵੇਚਦੀ ਕੈਸੀ ਇਹ ਹਵਾ, ਸ਼ਖਸ ਹਰ ਸੌਦਾ ਕਰੇ ਕਹਿ ਕੇ ਮਰ ਹਵਾ, ਸ਼ਖਸ ਮਰ ਹਵਾ, ਮਰ ਹਵਾ, ਹੈ ਨਾ ਜੀ। ਵਾਹ, ਹਰ ਸ਼ੈ ਇੱਕ ਖਤਮ ਹੋਏ ਹਾਂਜੀ, ਭੋਗ ਕੇ ਆਪਣਾ ਚੱਲਣ ਜੀ, ਮੈਂ ਕਦੇ ਨਹੀਂ ਦੇਖਿਆ ਕਿਧਰੇ ਮਰੀ ਹਵਾ, ਮੈਂ ਨਕਾਬਪੋਸ਼ ਹਵਾ ਤੇ ਜਿਹੜੀ ਸਾਡੇ ਇੱਧਰ ਔਰ ਪੱਛਮੀ ਦੇਸ਼ਾਂ ਵਿੱਚ ਹਵਾ ਚੱਲ ਰਹੀ ਹੈ, ਮੈਂ ਕਿਸੇ ਨੂੰ ਦੂਸ਼ਣ ਨਹੀਂ ਦਿੰਦਾ, ਪਰ ਮੈਂ ਉਸ ਹਵਾ ਦੀ ਗੱਲ ਕੀਤੀ ਹੈ ਇਸ ਕਿਤਾਬ ਚਿੜੀ ਚੱਲ ਰਹੀ, ਉਸ ਹਵਾ ਤੇ ਉਸ ਹਵਾ ਦਾ
ਜ਼ਿਕਰ ਕਰਨਾ ਮੇਰੇ ਵਾਸਤੇ ਬਹੁਤ ਜ਼ਰੂਰੀ ਸੀ। ਇਸ ਦਾ ਮਤਲਬ ਜਦੋਂ ਤੁਸੀਂ ਗਏ ਤਾਂ ਉਹ ਜੋ ਹਵਾ ਚੱਲਦੀ ਸੀ ਉਹਨਾਂ ਨੂੰ ਤੁਸੀਂ ਕਲਮਬੰਦ ਆਪਦੇ ਕਿਤਾਬ ਦੇ ਵਿੱਚ ਕੀਤਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਬਹੁਤ ਹੀ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ, ਮੈਡਮ ਤੁਹਾਨੂੰ ਵੀ ਮਿਲ ਕੇ, ਪ੍ਰੈਸ ਸਾਹਿਬ ਤੁਹਾਨੂੰ ਵੀ ਮਿਲ ਕੇ, ਤਾਂ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤਾਂ ਪ੍ਰਦੇਸ਼ ਟਾਈਮ ਦੇ ਦਰਸ਼ਕੋ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਨੂੰ ਅਸੀਂ ਫਿਰ ਕੋਈ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਅਤੇ ਤੁਹਾਡੇ ਰੂਬਰੂ ਹੋਵਾਂਗੇ।